ब्रेक तो बाद स्वागत है जी सारे दर्शकों का विचार वटांदरा अज असीं कर रहे हां इंटरनेशनल प्लेटफॉर्म के उत्ते यानी कि यूके दे विच यूरोप दे विच नशे की दुरवरतों किस कारण हो रही है और साडे अज जिहड़ा यूथ है वह पॉलिटिक्स दे विच क्यों नहीं जाना चाहुंदा क्यों नहीं चाहुंदा कि वह भी सरकार दे विच वड्डे वड्डे अहुदियां दे विच होए एडमिनिस्ट्रेशन दे विच ब्यूरोक्रैट जिहड़े साडे ने उहनां दे विच वह अपना नाम रोशन करवाए कईआं ने करवाया कई मैंबर ऑफ पार्लीमेंट्स बने हैं लेकिन तादाद ज़्यादा क्यों नहीं हो पा रही। एक पासे असी पंजाब तो उठ के कैनेडा दे विच जा के प्रधानमंत्री अहुदा उन्हूं असी चैलेंज करते हैं लेकिन क्यों नहीं असी उस मुल्क दे विच करदे जिथे असी कैनेडा तो भी पहले आके वसे हाँ। अज जिहड़ा साडा नवी साडी जिहड़ी पनीरी है जिहड़े साडे यूथ है क्यों नहीं उन्होंने लगता कि इन्ना अच्छा पैसा वो कमाते हैं हार्डवर्क करते हैं लेकिन वैन वी टॉक अबाउट पॉलिटिक्स दे डोंट वॉन्ट टू गैट एंटर इन टू पॉलिटिक्स की कारण तुम्हें लगता तुसी मैं कॉल कर सकते हो हेठ लिखे नंबर के उत्ते। मेरे नाल इंडी सिंह ने ही इज़ एन बिजनेस एंटरप्रेन्योर ऑन टॉप ऑफ दैट ही इज़ डूइंग गुड फॉर दी सोसाइटी। जेकर बच्चों की गल आए नवी पनीरी की गल आए यूथ की गल आए तो मोटीवेट भी करते रहते हैं लेकिन खुद आप पॉलिटिक्स नहीं ज्वाइन करना चाहते और ना ही कहते हैं कि बच्चों पॉलिटिक्स ज्वाइन करो की कारण इन्हों लगता है अब जानने की कोशिश करते हैं इन्हों के विचार इन्हों के जुबानी। सत श्रीकाल इंडी वी वेलकम यू नार शो अज का मुद्दा तुहाडा स्वागत है जी। सत श्रीकाल सत श्रीकाल इंडी की कहना चाहोगे तुसी अज ਅੱਜਕੱਲ ਜਿਹੜੇ ਬੱਚੇ ਨੇ ਜਿਹੜੇ ਸਾਡੇ ਨਿਊ ਜਨਰੇਸ਼ਨ ਆ ਅਕਸਰ ਹੁਣ ਯੂਕੇ ਵਿੱਚ ਰਹਿੰਦੇ ਆ ਸਾਨੂੰ ਇਹ ਪ੍ਰੋਬਲਮ ਆ ਦਾ ਅੱਜਕੱਲ ਲੋਕੀ ਬਹੁਤ ਵੈਸਟਰਨਾਈਜ਼ ਹੋਣ ਲੱਗ ਗਏ ਖੁੱਲੇ ਬਹੁਤ ਛੱਡੇ ਆ ਬੰਦੇ ਸਾਡੇ ਬਾਹਰ ਜਿਹੜੇ ਗਏ ਆ ਤੋਂ ਦੇ ਲਵ ਇਟ ਦਾ ਇਹ ਕਲਚਰ ਕਿੱਦਾਂ ਦਾ ਆਪਾਂ ਕਰਨਾ ਚਾਹੁੰਦੇ ਆ ਕੁਛ ਉਹਨਾਂ ਨੂੰ ਕਦੀ ਕੋਈ ਰੀਜ਼ਨ ਨਹੀਂ ਮਿਲੀ ਇਹ ਕੰਮ ਕਰਨ ਮੀਨਿੰਗ ਡਰੱਗਾਂ ਵਿੱਚ ਜਾਂ ਸ਼ਰਾਬ ਪੀਣ ਘਰ ਤੁਸੀਂ ਰਹਿੰਦੇ ਆ ਸਾਡੀ ਜਨਰੇਸ਼ਨ ਮੈਨੂੰ ਗਾਹ ਆਈ ਆਪਾਂ ਦੇਖਿਆ ਵਾਓ
ਪੈਸੇ ਬਹੁਤ ਆ, ਬਹੁਤ ਜ਼ਿਆਦਾ ਪੈਸੇ ਆ, ਇਹ ਕੰਮ ਕਿੱਦਾਂ ਕਰਦੇ, ਇਹ ਕਿੱਦਾਂ ਕਰਦੇ ਆ, ਜਿਹੜੀ ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀਜ਼ ਹਨ, ਜਿਹੜੇ ਅਹੁਦੇਦਾਰ ਹਨ, ਜਿਹੜੀ ਵੱਖ ਵੱਖ ਡੈਜ਼ਿਗਨੇਸ਼ਨ ਜਿਨ੍ਹਾਂ ਦੇ ਕੋਲ ਹੈ, ਉਹ ਯੂਥ ਨੂੰ ਨਹੀਂ ਆਉਣ ਦਿੰਦੀ, ਉਹਨਾਂ ਨੂੰ ਇਨ ਫਰੰਟ ਨਹੀਂ ਆਉਣ ਦਿੰਦੀ? ਨਹੀਂ, ਬਿਲਕੁਲ ਨਹੀਂ ਆਉਣ ਦਿੰਦੇ। ਇਹ ਕਹਿੰਦੇ ਸਾਡੇ ਯੂਥ ਕਰਪਟ ਹੋਏ ਆ, ਪਰ ਜੇ ਤੁਸੀਂ ਯੂਥ ਨੂੰ ਕਰਪਟ ਰੱਖੋਗੇ ਤੇ ਸਰਾਉਂਦੇ ਨੂੰ ਮੈਨੂੰ ਚਾਂਸ ਨਹੀਂ ਦੇਵੋਗੇ ਕਿ ਆਉਣ, ਨਾਟ ਟੂ ਫਾਈਟ। ਮੇ ਬੀ ਮੇਰੇ ਕੋਲ ਇੰਨੇ ਫਰੈਂਡ ਡਾਕਟਰ ਆ, ਨੋਰਮਲ ਪੀਜ਼ਾ ਵਰਕਰ ਆ, ਆਟੋ ਪੀਪਲ ਡਰਾਈਵਿੰਗ requested them today. ਅੱਜ ਆਪਾਂ ਰਿਕੁਐਸਟ ਕੀਤੀ ਹੈ ਸਾਰੇ ਮੈਨੇਜਮੈਂਟ ਗੁਰਦੁਆਰੇ ਦੇ ਜਿਹੜੇ ਵੀ ਅਹੁਦੇਦਾਰ ਹਨ ਜੋ ਸਾਨੂੰ ਸੁਣ ਪਾ ਰਹੇ ਹਨ, ਤੁਸੀਂ ਯੂਥ ਨੂੰ ਸਾਹਮਣੇ ਲੈ ਕੇ ਆਓ, ਇੱਕ ਡੈਜ਼ਿਗਨੇਸ਼ਨ ਆਪਣੀ ਮੈਨੇਜਮੈਂਟ ਦੇ ਵਿੱਚ ਯੂਥ ਦੇ ਲਈ ਰੱਖੋ, ਔਰ ਜੋ ਤੁਸੀਂ ਇਲੈਕਸ਼ਨ ਕਰਵਾਉਂਦੇ ਹੋ, ਅਸੀਂ ਇਹੀ ਦਰਖਵਾਸਤ ਕਰ ਰਹੇ ਹਾਂ, ਅਸੀਂ ਦਰਖਵਾਸਤ ਕਰ ਸਕਦੇ ਹਾਂ, ਇੱਕ ਤੁਸੀਂ ਡੈਜ਼ਿਗਨੇਸ਼ਨ ਰੱਖੋ ਕਿ ਸਾਡੀ ਟੀਮ ਦੇ ਵਿੱਚ ਇੱਕ ਨਹੀਂ ਤਾਂ ਘੱਟ ਤੋਂ ਘੱਟ ਦੋ ਡੈਜ਼ਿਗਨੇਸ਼ਨਸ ਹੋਣੀ ਚਾਹੀਦੀ ਹੈ, ਕਿ ਇਹ ਸਿਰਫ ਯੂਥ ਦੇ ਲਈ ਹੀ ਰਿਜ਼ਰਵਡ ਹੈਗੀ ਹੈ। ਏਜ ਤੁਸੀਂ ਸੈੱਟ ਕਰ ਲਓ ਕਿ ਇੰਨੀ ਏਜ ਤੋਂ ਥੱਲੇ ਥੱਲੇ ਜਿਹੜਾ ਕੈਂਡੀਡੇਟ ਹੈਗਾ, ਜਾਂ ਫਿਰ ਜਿਹੜਾ ਕੋਈ ਵੀ ਕੈਂਡੀਡੇਟ ਉਮੀਦਵਾਰ ਇਸ ਪੋਜੀਸ਼ਨ ਨੂੰ ਭਰ ਸਕਦਾ, ਆਈ ਥਿੰਕ ਇੰਪਲੀਮੈਂਟ ਹੋ ਸਕਦਾ ਅਗਰ ਸਾਡੀ ਮੈਨੇਜਮੈਂਟ ਚਾਹੀਦੀ। ਕੀ ਕਰਦੇ ਨੇ ਅੱਜ ਕੱਲ੍ਹ, ਇਹ ਸਾਨੂੰ ਪਾਰਟੀ 'ਚ ਦੇ ਦਿੰਦੇ ਆ, ਸਾਡੀ ਯੂਥ ਕਮੇਟੀ 'ਚ ਦੇ ਦਿੰਦੇ ਆ, ਆਪਾਂ ਇਲੈਕਸ਼ਨ ਵਿੱਚ ਲੜ ਵੀ ਸਕਦੇ ਹਾਂ, ਪਰ ਸਾਨੂੰ ਗਾਹ ਨਹੀਂ ਹੋਣ ਦਿੰਦੇ। ਇਹ ਰੱਖਦੇ ਸਾਨੂੰ ਸਾਈਡ 'ਤੇ, ਜਸਟ ਟੂ ਸ਼ੋ ਦੈਟ ਲੁੱਕ ਗਾਇਸ ਤੁਸੀਂ ਵੀ ਕਰ ਸਕਦੇ ਆ, ਕਰਨ ਕੁਛ ਨਹੀਂ ਕਰਦੇ। ਵੈਨ ਆਈ ਵਾਸ ਯੰਗ, ਸਾਨੂੰ ਇੰਨੀ ਅੰਡਰਸਟੈਂਡਿੰਗ ਸੀ, ਸਾਡੇ ਮਦਰ ਐਂਡ ਫਾਦਰ ਇੰਡੀਆ ਤੋਂ ਆਏ ਆ, ਸਾਨੂੰ ਆਪ ਥੋੜੀ ਐਜੂਕੇਸ਼ਨ ਆਪ ਕਰਨੀ ਪੈਂਦੀ ਸੀਗੀ। ਕਈ ਕਈ ਨੂੰ ਡਰ ਹੁੰਦਾ ਸੀਗਾ, ਹੁਣ ਆਪਾਂ ਗੁਰਦੁਆਰੇ ਜਾਂਦੇ ਆ, ਉੱਥੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਹੁੰਦੀਆਂ, ਕਈ ਕਹਿੰਦੇ ਨੂੰ ਸਿਰ ਵੱਢਦੇ ਉਹ ਫੋਟੋਆਂ ਵਿੱਚ, ਕਈ ਕਈ ਤੱਤੀ ਕਫੀ ਸਾਡੇ ਗੁਰੂ ਸਾਡੇ ਮਾਂ ਤਹਿਤ ਬੈਠੇ ਆ, ਉਹ ਸਾਨੂੰ ਇੱਥੇ ਅੰਡਰਸਟੈਂਡ ਨਹੀਂ ਹੁੰਦੀ ਸੀਗੀ ਜਦੋਂ ਆਪਾਂ ਛੋਟੇ ਸੀਗੇ। ਕਈ ਕਈ ਨੂੰ ਡਰ ਲੱਗਦਾ ਸੀਗਾ। ਨਾ ਸਾਡੇ ਹੁਣ ਸਿੰਘ ਸਾਹਿਬ ਸਾਊਥ ਹਾਲ ਜਿਹੜੇ ਇੱਥੇ ਹੈਗੇ ਆ, ਸਾਊਥ ਹਾਲ ਯੂਕੇ ਵਿੱਚ, ਉਹਨਾਂ ਨੇ ਐਕਸ਼ਨ ਲਈ ਆ, ਉਹਨਾਂ ਨੇ ਕਈ ਕਈ ਫੋਟੋਆਂ ਲਾ ਤੀਆਂ ਹੁਣ, ਚਲੋ ਤਾਂ ਬੱਚਿਆਂ ਨੂੰ ਅੰਡਰਸਟੈਂਡਿੰਗ ਨਹੀਂ ਸੀਗੀ, ਹੁਣ ਸਾਨੂੰ ਅੰਡਰਸਟੈਂਡਿੰਗ। ਆਪਾਂ ਪੜ੍ਹਦੇ ਆ, ਆਪਾਂ ਗੁਰਦੁਆਰੇ ਜਾਂਦੇ, ਇੰਗਲਿਸ਼ ਵਿੱਚ ਕਥਾ ਸਾਨੂੰ ਸਿਖਾਉਂਦੇ ਆ, ਸਾਨੂੰ ਯੂਕੇ ਵਿੱਚ ਇੱਕ ਬਹੁਤ ਡੋਮੀਨੈਂਟ ਇੱਕ ਬੰਦਾ ਸਾਨੂੰ ਵੈਸਟਰਨ ਮਿਲਿਆ ਸੀਗਾ, ਭਾਈ ਜਗਰਾਜ ਸਿੰਘ, ਬੇਸਿਕ ਸਭ ਸਿੱਖੀ, ਉਹ ਸਾਰੇ ਵਰਲਡ ਵਿੱਚ ਉਹਨਾਂ ਨੇ ਸਾਨੂੰ ਐਜੂਕੇਟ ਕੀਤਾ। ਉਹ ਬੇਚਾਰੇ ਉਹਨੂੰ ਕੈਂਸਰ ਤੋਂ ਉਹਨਾਂ ਨੂੰ ਪ੍ਰੋਬਲਮ ਸੀ, ਉਹ ਗੁਜ਼ਰ ਗਏ, ਪਰ ਉਹਨਾਂ ਦੀ ਫਾਊਂਡੇਸ਼ਨ ਇੰਨੀ ਸਟਰੋਂਗ ਆ ਦੈਟ ਵੀ ਆਰ ਗੈਟਿੰਗ ਐਜੂਕੇਟਡ ਸਲੋਲੀ ਸਲੋਲੀ। ਆਈ ਥਿੰਕ ਐਜੂਕੇਸ਼ਨ ਐਜੂਕੇਸ਼ਨ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ, ਔਨ ਟੋਪ ਆਫ ਦੈਟ ਜਿਹੜੀ ਇਹ ਸਕਿੱਲਸ ਹੈਗੀ ਹੈ, ਪੋਲੀਟਿਕਸ ਸਕਿੱਲਸ, ਇਹ ਵੀ ਆਉਣੀ ਬਹੁਤ ਜ਼ਰੂਰੀ ਹੈਗੀ ਹੈ ਅਗਰ ਅਸੀਂ ਆਪਣੇ ਆਪ ਨੂੰ ਵੱਡੇ ਅਹੁਦੇ ਦੇ ਉੱਤੇ ਵੇਖਣਾ ਚਾਹੁੰਦੇ ਹਾਂ। ਥੈਂਕ ਯੂ ਵੈਰੀ ਮਚ ਇੰਡੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਸਾਂਝੇ ਕੀਤੇ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮਚ ਜੀ। ਅਤੇ ਅਸੀਂ ਜੀ ਅਸੀਂ ਅੱਜ ਜਿਹੜੇ ਵਿਚਾਰ ਤੁਹਾਡੇ ਵੀ ਜਾਣੇ, ਔਰ ਜਿਹੜੇ ਸਾਡੇ ਨਾਲ ਅੱਜ ਗੈਸਟ ਵੀ ਜੁੜੇ, ਉਹਨਾਂ ਨੇ ਇਹੀ ਗੱਲ ਦੱਸੀ ਹੈ ਕਿ ਲੋੜ ਹੈਗੀ ਹੈ ਕਿ ਅਸੀਂ ਪਹਿਲਾਂ ਆਪਣੇ ਘਰ ਨੂੰ ਸੁਰੱਖਿਅਤ ਕਰ ਲਈਏ, ਆਪਣੇ ਘਰ ਨੂੰ ਵਧੀਆ ਬਣਾ ਲਈਏ, ਉਸ ਤੋਂ ਬਾਅਦ ਅਸੀਂ ਜਿਹੜੇ ਨੇ ਬਾਹਰ ਦੇ ਬਾਰੇ ਸੋਚੀਏ, ਜਿਹੜੇ ਹੋਰ ਮੁੱਦੇ ਨੇ ਉਹਨਾਂ ਦੇ ਬਾਰੇ ਸੋਚੀਏ। ਮੇਰੇ ਨਾਲ ਨਾ ਕਾਫੀ ਦੇਰ ਤੋਂ ਇੱਕ ਕਾਲਰ ਜੁੜੇ ਹੋਏ ਨੇ, ਮੈਂ ਉਹਨਾਂ ਦੀ ਕਾਲ ਜ਼ਰੂਰ ਲੈਣਾ ਚਾਹੁੰਦਾ, ਜਾਣਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਕਿ ਉਹ ਕੀ ਕਹਿਣਾ ਚਾਹੁੰਦੇ ਆ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਲੱਗਦਾ ਡਿਸਕਨੈਕਟ ਹੋ ਗਈ ਉਹਨਾਂ ਦੀ ਕਾਲ।
और भी बहुत सारी लिस्ट इस टाइम फोन दे उत्ते हैगी है, लेकिन मैं अपोलोजाइज करना चाहना अपने गेस्ट नू, अपने व्यूअर्स नू जो सानू कॉल कर रहे हैं, क्योंकि मेरे को समा नहीं हैगा तो मैं कॉल सड़िया नहीं लै सकता। कोशिश है जी कि अज का मुद्दा तुहानू लग्या होना कि असी अज जिहड़ा मुद्दा है तुहाडे घर का मुद्दा हैगा उस तुहाडे सामने लैके आए हैं, और इन फ्यूचर भी अजिहे मुद्दे तुहाडे सामने लैके आवांगे। तुहानू लगदा कि यह लोकल मुद्दे जिहड़े ने यूके यूरोप दे, यह भी उठाने बेहद जरूरी हैं अज दे मुद्दे दे इस प्रोग्राम दे विच, तां तुसीं मैनू मेल कर सकते हो info@justbroadcasting.com, harkirat@justbroadcasting.com दे उत्ते, और असी जरूर कोशिश करांगे कि आने वाले समय दे विच उन्हां मुद्दे दे उत्ते भी असी विचार वटांदरा करिए। फिलहाल अज दे मुद्दे दे विच इन्ना ही, और अपना वीकेंड जिहड़ा खुशनुमा मनाओ, वधिया मनाओ, मापिआं नाल टाइम स्पेंड करो और चढ़दी कला दे विच रहो। और जांदे जांदे एक सिर्फ सवाल जरूर मैं तुहानू पुछूंगा कि इस नवी पनीरी नू हुण तुसी किस तरीके नाल मोटीवेट करोगे, आने वाले समय दे विच लगेगा कि वाकई ही पंजाब पंजाबीयत दा यूके ते यूरोप दे विच भी बोलबाला होया। धन्नवाद, सत श्री अकाल।